ਸੋ ਹਾਂਜੀ ਦਰਸ਼ਕ ਵੀਰੋ, ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਜੀ। ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਜਿਹੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ। ਸੋ ਅੱਜ ਦੀ ਵੀਡੀਓ ਆਪਾਂ ਨਵੀਂ ਜਨਰੇਸ਼ਨ ਦੇ ਲਈ ਲੈ ਕੇ ਆਏ ਹਾਂ, ਜਿਨ੍ਹਾਂ ਨੇ ਪੁਰਾਣੇ ਵਿਰਸੇ ਬਾਰੇ ਜਾਂ ਪੁਰਾਣੀਆਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਬਹੁਤ ਘੱਟ ਪਤਾ, ਬਹੁਤ ਘੱਟ ਗਿਆਨ ਆ ਵੀ ਚੀਜ਼ ਕਿਵੇਂ ਬਣਦੀ ਸੀ, ਕਿਵੇਂ ਤਿਆਰ ਹੁੰਦੀ ਸੀ। ਸੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਗੁਮਟੀ। ਸੋ ਜਦੋਂ ਆਪਾਂ ਮਿਰਜਿਕ ਜਾਲਪੁਰੇ ਤੋਂ ਭਾਈ ਰੂਪੇ ਨੂੰ ਜਾਂਦੇ ਹਾਂ ਤਾਂ ਸੰਨ ਦੇ ਵਿੱਚ ਪਿੰਡ ਗੁਮਟੀ ਹੁੰਦਾ। ਸੋ ਗੁਮਟੀ ਉਸੇ ਰੋਡ ਦੇ ਉੱਪਰ ਇਹ ਬਾਪੂ ਜੀ ਇਹ ਕੰਮ ਕਰਦੇ ਆ। ਇਹ ਤਕਰੀਬਨ ਪੁਰਾਣੇ ਟਾਈਮ 30-35 ਸਾਲ ਤੋਂ ਇਹ ਕੰਮ ਕਰ ਰਿਹਾ, ਦਾਤੀਆਂ ਬਣਾ ਰਿਹਾ, ਤੁਸੀਂ ਦੇਖ ਸਕਦੇ ਹੋ। ਸੋ ਸਾਰਾ ਕੰਮ ਇਹ ਆਪ ਹੱਥੀਂ ਤਿਆਰ ਕਰਦੇ ਆ। ਪੁਰਾਣੇ ਵੇਲਿਆਂ ਦੇ ਵਿੱਚ ਇਹਨਾਂ ਨੇ ਦੱਸਿਆ ਸੀ 300-400 ਰੋਜ਼ਾਨਾ ਪੀਸ ਤਿਆਰ ਕਰਦੇ ਰਹੇ ਆ। ਸੋ ਅੱਜ ਕੱਲ੍ਹ ਤਾਂ ਕੰਮ ਬਹੁਤ ਘੱਟ ਗਿਆ, ਅਚਾਰ ਲੋਕ ਪਾਉਣ ਲੱਗ ਪਏ ਮੱਕੀ ਦਾ ਪਸ਼ੂਆਂ ਦੇ ਲਈ, ਪੱਠੇ ਵੱਢਣ ਦਾ ਕੰਮ ਵੀ ਗਿਆ। ਸੋ ਦਾਤੀਆਂ ਦਾ ਕੰਮ ਬਹੁਤ ਘੱਟ ਗਿਆ, ਕਣਕਾਂ ਵੱਢਣ ਦਾ ਕੰਮ ਗਿਆ। ਸੋ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਸੀ ਦਾਤੀਆਂ ਦਾ। ਸੋ ਤੁਹਾਡੇ ਸਾਹਮਣੇ ਆ ਪਹਿਲਾਂ ਦਾਤੀ ਨੂੰ ਰੇਤ ਕੇ, ਫਿਰ ਬਾਪੂ ਜੀ ਤੁਹਾਡੇ ਸਾਹਮਣੇ ਦੇਖੋ ਕਿਸ ਤਰ੍ਹਾਂ ਦੰਦੇ ਕੱਢ ਰਿਹਾ ਦਾਤੀ ਦੇ ਇਹ ਮਸ਼ੀਨ ਦੇ ਉੱਪਰ। ਬਾਪੂ ਜੀ ਦੀ ਉਮਰ ਵੀ ਬਹੁਤ ਆ, ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਅਸੀਂ ਸਾਰੇ ਭਰਾ ਇਕੱਠੇ ਇਹ ਕੰਮ ਕਰਦੇ ਸੀ। ਸੋ ਗੁਮਟੀ ਇਹ ਦਾਤੀ ਵਧੀਆ ਦਾਤੀ ਸਰੀਰ ਦਾਤੀ ਬਣਾਉਣ ਦੇ ਵਿੱਚ ਹੱਬ ਮੰਨੀ ਜਾਂਦੀ ਆ। ਭਾਈ ਰੂਪਾ ਹੋ ਗਿਆ, ਠੂਰ ਹੋ ਗਿਆ, ਸੋ ਗੁਮਟੀ ਹੋ ਗਿਆ, ਸਰੀਰ ਦਾਤੀਆਂ ਬਣਾਉਣ ਦੇ ਵਿੱਚ ਮੰਨੇ ਜਾਂਦੇ ਆ ਪਹਿਲੇ ਨੰਬਰ 'ਤੇ। ਸੋ ਦਾਤੀ ਵੀ ਇਹਨਾਂ ਦੀ ਬਹੁਤ ਵਧੀਆ ਅਤੇ ਕੰਮ ਬਹੁਤ ਸਲੀ ਬਖਸ਼ ਕੀਤਾ ਜਾਂਦਾ। ਕਿਸੇ ਵੀ ਭਰਾ ਨੇ ਦੰਦੇ ਕਢਵਾਉਣੇ ਹੋਣ ਤਾਂ ਨਵੀਂ ਦਾਤੀਆਂ ਲੈਣੀਆਂ, ਕਹੀਆਂ ਲੈਣੀਆਂ ਹੋਣ, ਸੋ ਇਹ ਬਹੁਤ ਵਧੀਆ ਕੰਮ ਸਲੀ ਬਖਸ਼ ਗਰੰਟੀ ਵਾਲਾ ਕੰਮ ਕਰਦੇ ਆ। ਤੁਸੀਂ ਦੇਖ ਸਕਦੇ ਦੰਦੇ ਕੱਢਦੇ, ਇਸ ਤਰ੍ਹਾਂ ਦਾਤੀ ਦੰਦੇ ਕੱਢੇ ਜਾਂਦੇ ਆ ਜੀ। ਸੋ ਅੱਜ ਕੱਲ੍ਹ ਤਾਂ ਇਹ ਕੰਮ ਬਹੁਤ ਜ਼ਿਆਦਾ ਘੱਟ ਗਿਆ। ਪਹਿਲੀ ਗੱਲ ਤਾਂ ਹਰ ਘਰ ਪਸ਼ੂ ਹੈ ਨਹੀਂ ਗਏ ਜੋ ਹਰ ਰੋਜ਼ ਪੱਠੇ ਵੱਢ ਕੇ ਪਾਉਣੇ ਪੈਣ। ਸੋ ਜਿਨ੍ਹਾਂ ਦੇ ਹੈਗੇ ਆ ਉਹਨਾਂ ਨੇ ਅਚਾਰ ਪਾ ਲਿਆ, ਪੱਠੇ ਵੱਢਣ ਦਾ ਕੰਮ ਗਿਆ, ਦਾਤੀਆਂ ਦਾ ਕੰਮ ਗਿਆ। ਸਾਡੇ ਸਾਹਮਣੇ ਦੇਖੋ ਇਸ ਤਰ੍ਹਾਂ ਦੰਦੇ ਕੱਢੇ ਜਾ ਰਹੇ ਆ। ਸੋ ਇਹ ਸਾਡਾ ਪੁਰਾਣਾ ਵਿਰਸਾ ਹੈ ਵੀ, ਅਤੇ ਪੁਰਾਣੇ ਸਮੇਂ ਦੇ ਵਿੱਚ ਦੱਸਦੇ ਆ ਵੀ ਇਹ ਲੈਣਾ ਲੱਗੀਆਂ ਹੁੰਦੀਆਂ ਸੀ ਦੰਦੇ ਕਢਵਾਉਣ ਵਾਲਿਆਂ ਦੀਆਂ, ਦਾਤੀਆਂ ਲੈਣ ਵਾਲਿਆਂ ਦੀਆਂ ਸਾਈਆਂ ਦੇ ਦਾਤੀਆਂ ਬਣ ਰਹੀਆਂ ਸੀ। ਸੋ ਅੱਜ ਕੱਲ੍ਹ ਤਾਂ ਕੋਈ ਇੱਕਾ ਦੁੱਕਾ ਰਹਿ ਜਾ ਜੋ ਮਾੜੇ ਮੋਟਾ ਬਸ ਕੰਮ ਰਹਿ ਗਿਆ। ਸੋ ਬਾਹਲਾ ਕੋਈ ਅੱਜ ਕੱਲ੍ਹ ਇਹਨਾਂ ਦਾ ਚੀਜ਼ਾਂ ਸਭ ਖਤਮ ਹੁੰਦੀਆਂ ਜਾਂਦੀਆਂ ਪੁਰਾਣੀਆਂ, ਤੁਸੀਂ ਦੇਖ ਸਕਦੇ ਹੋ। ਇਹ ਸਾਰਾ ਕੰਮ ਆਪ ਕਰਦੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ।